ਮੈਂ ਬਲਵਿੰਦਰ ਕੌਰ ਹਲਕਾ ạtਾਰੀ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਐਲਾਨੀ ਗਈ ਆ ਤੇ ਮੈਂ ਆਪਣੇ ਨਰੇਂਦਰ ਮੋਦੀ ਜੀ ਦਾ ਆਪਣੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਮੈਂ ਹਲਕਾ ਪੱਛਮੀ ਤੇ ਬਹੁਤ ਮਿਹਨਤ ਕੀਤੀ ਹੋਈ ਸੀ ਪਰ ਇਹਨਾਂ ਨੇ ਮੈਨੂੰ ਇੱਕ ਨਵਾਂ ਹਲਕਾ ਦਿੱਤਾ ਪਰ ਫਿਰ ਵੀ ਮੈਂ ਪੂਰੀ ਕੋਸ਼ਿਸ਼ ਤਨਦੇਹੀ ਨਾਲ ਨਿਭਾਵਾਂਗੀ ਵੀ ਆਪਣੀ ਜਿਹੜੀ ạtਾਰੀ ਹਲਕੇ ਦੀ ਸੀਟ ਹੈ ਜਿੱਤ ਕੇ ਹਾਈ ਕਮਾਂਡ ਦੀ ਪਾਰਟੀ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗੀ ਤੇ ਆਪਣੇ ਨਰਿੰਦਰ ਮੋਦੀ ਜੀ ਭਾਈ ਜੀ ਦਾ ਜਿਹੜਾ ਸੇਰਾ ਬਹੁਤ ਉੱਚਾ ਕਰਾਂਗੀ ਤੇ ਕਿੰਨਾ ਕੁ ਵੱਡਾ ਚੱਲਿਆ ਪਾ ਲਈ ਜਿੰਦਾਬਾਦ 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 ਜਨਤਾ ਪਾਰਟੀ ਜਿੰਦਾਬਾਦ ਚੈਲੰਜ ਤਾਂ ਹੈਗਾ ਜੀ ਮੇਰੇ ਵਾਸਤੇ ਕਿਉਂਕਿ ਨਵਾਂ ਇਲਾਕਾ ਹੈ ਨਵਾਂ ਏਰੀਆ ਹੈ ਮੇਰੇ ਵਾਸਤੇ ਸਮਾਂ ਵੀ ਥੋੜਾ ਹੈ ਤੇ ਮੈਂ ਤਾਂ ਇੱਥੇ ਹੀ ਮਿਹਨਤ ਕੀਤੀ ਹੋਈ ਸੀ ਪਰ ਚਲੋ ਕੋਈ ਗੱਲ ਨਹੀਂ ਫਿਰ ਵੀ ਤਰਸ ਮੈਨੂੰ ਸਾਥ ਜੋ ਵੀ ਪਾਰਟੀ ਦਾ ਹੁਕਮ ਹੋਏਗਾ ਜੋ ਵੀ ਪਾਰਟੀ ਮੈਨੂੰ ਮੇਰੀ ਸੇਵਾ ਲਗਾਈ ਹੈ ਮੈਂ ਉਹ ਸੇਵਾ ਪੂਰੀ ਤਨਦੇਈ ਨਾਲ ਨਿਭਾਵਾਂਗੀ ਜੀ ਕੀ ਮੁੱਦੇ ਲੈ ਕੇ ਜਾਓਗੇ ਜੀ ਲੋਕਾਂ ਦੇ ਵਿੱਚ ਨਸ਼ਾ ਮੁਕਤ ਲੋਕਾਂ ਚ ਇੱਕ ਤੇ ਨਸ਼ਾ ਮੁਕਤ ਨਸ਼ਾ ਮੁਕਤ ਜਿਹੜਾ ਬੇਰੋਜ਼ਗਾਰੀ ਦਾ ਮੁੱਦਾ ਨਸ਼ਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਤੇ ਮੋਦੀ ਸਰਕਾਰ ਦੀ ਤਾਂ ਜਿਹੜੀ ਸਰਕਾਰ ਆ ਵੈਸੇ ਬਹੁਤ ਵਧੀਆ ਹੈ ਭ੍ਰਿਸ਼ਟਾਚਾਰ ਤੋਂ ਮੁਕਤ ਹੈ ਨਸ਼ਾ ਮੁਕਤ ਹੈ ਕੀ ਹੈ ਤੇ ਜਿਹੜੇ ਆ ਲੋਕਾਂ ਦੀਆਂ ਸੇਵਾਵਾਂ ਬਹੁਤ ਕਰ ਰਹੀ ਆ ਉਹ ਪਹਿਲਾਂ ਹੀ ਕਰ ਰਹੀ ਆ ਤੇ ਬੀਜੇਪੀ ਭਾਰਤੀ ਜਨਤਾ ਪਾਰਟੀ ਜਿੱਤਣ ਦੇ ਨਾਲ ਵੀ ਹੋਰ ਵੀ ਅੱਛੀਆਂ ਸੁਵਿਧਾਵਾਂ ਵੀ ਲੋਕਾਂ ਨੂੰ ਮਿਲਣਗੀਆਂ ਬੇਰੋਜ਼ਗਾਰੀ ਵੀ ਖਤਮ ਹੋਏਗੀ ਤੇ ਹੋ ਸਕਦਾ ਜੀ ਕੋਈ ਹੋਰ ਵੀ ਨਵੀਆਂ ਜਿਹੜੀਆਂ ਹੈਗੀਆਂ ਨੌਕਰੀਆਂ ਵਾਸਤੇ ਜਾਂ ਕੋਈ ਬੇਰੋਜ਼ਗਾਰੀ ਵਾਸਤੇ ਜਿਹੜੀਆਂ ਕੋਈ ਵੀ ਇੰਡਸਟਰੀਜ਼ ਲਗਵਾ ਸਕਦੀਆਂ ਉਹ ਤੇ ਅਸੀਂ ਵੀ ਕੋਸ਼ਿਸ਼ ਪੂਰੀ ਕਰਾਂਗੇ ਤਾਂ ਪਰ ਮੈਂ ਆਪਣੀ ਸਾਰੇ اٹਾਰੀ ਹਲਕੇ ਤੋਂ ਇਹ ਸਮਰਥਨ ਮੰਗਦੀ ਆ ਤੇ ਉਹਨਾਂ ਤੇ ਇਹ ਰਿਕਵੈਸਟ ਕਰਦੀ ਆ ਕਿ ਮੈਨੂੰ ਐਮਐਲਏ ਜਿਤਾ ਕੇ ਇੱਕ ਵਾਰੀ ਮੈਨੂੰ ਮੌਕਾ ਜ਼ਰੂਰ ਦੇਣ ਤੇ ਮੈਂ ਡਾਕਟਰ ਚਸ਼ੀਲ ਦੇਵਗਨ ਮੈਂ ਜੰਮਦਾ ਸਕੱਤਰ ਆ ਭਾਤ ਜੰਦਾ ਪਾਰਟੀ ਦੇ ਆਦਾ ਮੇਰੇ ਵਾਸਤੇ ਕੋਈ ਨਵਾਂ ਹਲਕਾ ਨਹੀਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਮੇਰਾ ਪਿੰਡ ਭਖਣਾ ਹੈ। ਔਰ ਟਾੜੀ ਹਲਕੇ 'ਚ ਮੇਰਾ ਪਿੰਡ ਹੈ। ਔਰ ਅਸੀਂ ਰਹਿਣ ਵਾਲੇ ਭਖਨੇ ਦੇ ਆ। ਔਰ ਅਸੀਂ ਇੱਥੇ ਰਹਿੰਦੇ ਹਾਂ ਅਮਰਸਾ ਸਾਨੂੰ ਠੀਕ ਹੈ 35 ਸਾਲ ਹੋ ਗਏ ਆ। ਪਰ ਪਿੰਡ ਨਾਲ ਅੱਜ ਵੀ ਟੱਚ ਆ। ਔਰ ਮੈਂ ਮੈਨੂੰ ਬਹੁਤ ਮੈਂ ਧੰਨਵਾਦ ਕਰਦਾ ਪਹਿਲੋਂ ਹਾਈ ਕਮਾਂਡ ਦਾ। ਹਾਈ ਕਮਾਂਡ ਦਾ ਜੋ ਫੈਸਲਾ ਆ ਉਹ ਸਾਡੇ ਸਿਰ ਮੱਥੇ ਆ। ਅਸੀਂ ਪਸ਼ਮੀ ਹਲਕੇ 'ਚ ਬਹੁਤ ਮਿਹਨਤ ਕੀਤੀ। ਖੰਡ ਮੈਂ ਦੋ ਵਾਰੀ ਮੰਡਲ ਪ੍ਰਧਾਨ ਵੀ ਰਿਹਾ ਪਸ਼ਮੀ ਹਲਕੇ 'ਚ ਔਰ ਕੌਂਸਲ ਦੀ ਇਲੈਕਸ਼ਨ ਵੀ ਲੜੀ। ਅੱਜ ਅੱਜ ਪਾਰਟੀ ਨੇ ਇੱਕ ਹੁਕਮ ਲਾਇਆ ਹੈ ਕਿ ਤੇ ਅਸੀਂ ਬਿਲਕੁਲ ਹਾਈ ਕਮਾਂਡ ਦਾ ਭਾਰਤੀ ਜਨਤਾ ਪਾਰਟੀ ਦਾ ਆਪਣੇ ਪੰਜਾਬ ਪ੍ਰਧਾਨ ਦਾ ਆਪਣੇ ਹਦੀਪ ਸਿੰਘ ਪੁਰੀਜੀ ਦਾ ਪਨਾਕਸ਼ੀ ਲੇਖੀ ਜੀ ਦਾ ਔਰ ਮੈਸਰ ਦਾ ਰਜਿੰਦਰ ਸਿੰਘ ਸ਼ਸ਼ੀਨਾ ਜੀ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਮੇਰੇ ਤੇ ਅਸ਼ੀਰਵਾਦ ਆ ਉਹਨਾਂ ਦਾ ਮੈਂ ਬਹੁਤ ਦਿਨੀ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਨਾਲ ਖੜੇ ਹੋ ਗਏ ਅੱਜ ਜਿਹੜੀ ਟਿਕਟ ਸਾਡੀ ਝੋਲੀ ਚ ਪਈ ਆ ਅਸੀਂ ਪਾਰਟੀ ਦਾ ਮਾਣ ਵਧਾਵਾਂਗੇ ਅਸੀਂ ਘਰ ਘਰ ਜਾ ਕੇ ਮੋਦੀ ਸਾਹਿਬ ਦੀਆਂ ਉਪਲਬਧੀਆਂ ਗਿਣਾਵਾਂਗੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਇਹ ਗੁਰੂ ਸਾਹਿਬ ਜੋ ਕਰਦੇ ਆ ਬੜਾ ਚੰਗਾ ਕਰਦੇ ਆ ਮੈਨੂੰ ਬਹੁਤ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਆ ਕਿ ਜਿਹੜਾ ਟਾੜੀ ਹਲਕਾ ਇੱਕ ਬਾਡ ਤੇ ਹਲਕਾਇਆ ਔਰ ਮੈਂ ਇਹਦੇ ਚ ਮੈਨੂੰ ਜੇ ਟਿਕਟ ਮਿਲੀ ਹੈ ਇਹ ਖੁਸ਼ਕਿਸਮਤੀ ਵੀ ਹੋਏਗੀ ਟਾੜੀ ਹਲਕੇ ਵਾਲੇ ਲੋਕਾਂ ਦੀ ਕਿ ਮੈਂ ਜਿਹੜਾ ਟ੍ਰੇਡ ਬੰਦ ਹੋਇਆ ਆ ਕਿੰਨੇ ਚਿਰ ਤੋਂ ਉਹ ਮੈਂ ਆਪਣੀ ਪਾਰਟੀ ਨੂੰ ਆਪਣੀ ਹਾਈ ਕਮਾਂਡ ਨੂੰ ਆਪਣੇ ਮੰਤਰੀਆਂ ਨੂੰ ਜੋ ਸਾਡੇ ਭੰਡੋਸਤਾਨ ਸਰਕਾਰ ਦੇ ਮੰਤਰੀ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਟ੍ਰੇਡ ਖੋਲਿਆ ਜਾਵੇ ਇਹਨਾਂ ਲੋਕਾਂ ਦਾ ਰੋਜ਼ਗਾਰ ਪਹਿਲਾਂ ਵਾਂਗੂ ਵੱਧ ਸਕੇ ਔਰ ਜਦੀ ਉੱਥੇ ਟ੍ਰੇਡ ਟ੍ਰੈਂਸੈਮਨੀ ਹੁੰਦੀ ਹੈ ਉਹਨੂੰ ਵੀ ਉੱਧ ਚ ਵੀ ਵੱਧ ਵੱਧ ਲੋਕਾਂ ਦਾ ਉਤਸ਼ਾਹ ਬਣ ਸਕੇ ਇਹਦੇ ਵਾਸਤੇ ਦਿਨ ਰਾਤ ਕੋਸ਼ਿਸ਼ਾਂ ਕਰਾਂਗਾ ਕਿ ਜਿਹੜਾ ਹਲਕਾ ਟਾਰੀ ਇਹ ਤਦੱਕਿਆਂ ਤਦੱਕਿਆਂ ਦੇ ਲੀਹਾਂ ਤੇ ਜਾਵੇ ਔਰ ਜਦੀ ਤਾਰ ਲੱਗੀ ਹੈ ਔਰ ਮੈਂ ਅੱਗੇ ਮੇਰੀ ਵੀ ਪਹਿਲਾਂ ਵੀ ਦਮਾਂ ਰਿਆ ਉਹ ਜਦੀ ਤਾਰ ਲੱਗੀ ਹੈ ਉਹਦੇ ਬਾ ਤਾਰ ਦੇ ਅੰਦਰ ਬਹੁਤ ਜ਼ਿਆਦਾ ਜ਼ਮੀਨ ਹੈ ਜਦੀ ਸਾਡੇ ਮੇਰੇ ਕਿਸਾਨ ਭਰਾਵਾਂ ਦੀ ਹੈ ਮੈਂ ਉਹਦੇ ਵਾਸਤੇ ਵੀ ਆਪਣੀ ਪਾਰਟੀ ਹਾਈ ਕਮਾਂਡ ਨੂੰ ਇੱਕ ਬੇਨਤੀ ਅਕਤਲਾ ਕਰਾਂਗਾ ਕਿ ਇਹਨਾਂ ਕਿਸਾਨ ਵੀਰਾਂ ਦੀ ਜਿਹੜੀ ਜ਼ਮੀਨ ਆ ਇਹਦਾ ਕੋਈ ਜਾਂ ਤੇ ਰੇਟ ਮਕਲਰ ਕਰਕੇ ਚੰਗਾ ਰੇਟ ਇਹਨਾਂ ਨੂੰ ਦਿੱਤਾ ਜਾਵੇ ਇਹ ਕਿਤੇ ਹੋਰ ਜ਼ਮੀਨ ਲੈ ਲੈਣ ਸਰਕਾਰ ਉਹ ਐਕਵਾਇਰ ਕਰ ਲੇ ਜੇ ਨਹੀਂ ਤਾਂ ਉਹਦਾ ਕੋਈ ਚੰਗਾ ਮੁਆਵਜ਼ਾ ਸਾਲ ਬਾਅਦ ਜਿਹੜਾ ਕੋਨਾਂ ਦੀ ਸੱਦੇ ਅਕਾਊਂਟਾਂ ਚਾਵੇ ਕੋਈ ਇਹੋ ਜਿਹਾ ਕੰਮ ਕਰਾਉਣ ਵਾਸਤੇ ਵੀ ਇਹਨਾਂ ਲੋਕਾਂ ਵਾਸਤੇ ਮੈਂ ਆਪਣੀ ਹਾਈ ਕਮਾਂਡ ਨੂੰ ਬੇਨਤੀ ਕਰਾਂਗਾ